ਉਰੇ ਰਾਜ ਪੁੱਤਰ, ਇਹ ਕਿਹੜੀ ਪੜ੍ਹਾਈ ਆ ਜਿਹੜੀ ਇੱਕ ਦੂਨੀ ਦੂਨੀ ਦੋ ਦੂਨੀ ਚਾਰ ਹਿਸਾਬ ਪੂਰਾ ਪੂਰਾ ਰੱਖਦੀ ਆ ਜੀ? ਹੋਰ ਕਿਵੇਂ ਦੀ ਪੜ੍ਹਾਈ ਹੁੰਦੀ ਏ? ਪੜ੍ਹਾਈ ਹੁੰਦੀ ਆ ਇੱਕ ਦੂਨੀ ਦੂਨੀ ਦੋ ਦੂਨੀ ਪੰਜ, ਉਹ ਬੇਗੁਫਾ ਉਹ ਪੜ੍ਹਾਈ ਕਿਹੜੀ ਆ ਜਿਹੜੀ ਹਿਸਾਬ ਵਧਾਵੇ ਨਾ ਜੀ? ਦੋ ਦੂਨੀ ਪੰਜ ਹੁੰਦੇ ਨੇ। ਮੈਂ ਬਈ ਜੇ ਨਵੀਂ ਨਸਲ ਨੇ ਤਰੱਕੀ ਕਰਨੀ ਆ ਨਾ ਤੇ ਫੇਰ ਦੋ ਦੂਨੀ ਪੰਜ ਬਣਾਉਣਾ ਹੀ ਪੈਣਾ। ਉਹ ਗੱਲ ਦੱਸ, ਤੁਹਾਨੂੰ ਮਾਸਟਰ ਕੁਛ ਨੀ ਦੱਸਦਾ? ਮਾਸਟਰ ਨੇ ਤਾਂ ਆਪ ਕੁਝ ਨੀ ਆਂਦਾ, ਪੰਜਾਬ ਦੇ ਦਰਿਆਵਾਂ ਦੇ ਨਾ ਮੈਥੋਂ ਪੁੱਛਦਾ ਤੇ ਸ਼ਹਿਰਾਂ ਦੇ ਨਾ ਕਿਤੇ ਹੋਰ ਮੁੰਡੇ ਕੋਲੋਂ। ਅੱਛਾ ਇਹ ਦੱਸ, ਵਹੀ ਉਹ ਜਿਹੜਾ ਤੁਹਾਡਾ ਮਾਸਟਰ ਹੈ ਉਹਦੀ ਕਮਾਈ ਤੇ ਵਾਹਵਾ ਹੋਣੀ ਆ? ਬਸ ਗੁਜ਼ਾਰਾ ਚੱਲਦਾ ਪਿਆ, ਮੁੰਡਿਆਂ ਕੋਲੋਂ ਕੋਈ ਚੀਜ਼ ਨੀ ਲੈਂਦਾ, ਉਹ ਸਗੋਂ ਆਪਣੇ ਪੱਲਿਓਂ ਕਾਪੀਆਂ ਕਿਤਾਬਾਂ ਲੈਂਦਾ ਏ। ਅੱਛਾ ਉਹਦਾ ਕਮਾਈ ਦਾ ਜ਼ਰੀਆ ਕੀ? ਪਤਾ ਨਹੀਂ ਜੀ, ਕਹਿੰਦੇ ਨੇ ਪੈਨਸ਼ਨ ਨਾਲ ਗੁਜ਼ਾਰਾ ਹੋ ਰਿਹਾ। ਦੋ ਤਕੀਏ ਰੱਖਣਾ ਮੈਂ।